ਅੱਧੀ ਵੀਡੀਓ ਆ ਕੌਂਸ਼ੀਅਸਨੈਸ ਤੇ ਧਿਆਨ ਨਾਲ ਸੁਣਿਓ ਜੇ ਇਹ ਗੱਲ ਸਮਝ ਨਹੀਂ ਆਈ ਨਾ ਤਾਂ ਸਾਰੀ ਦਿਹਾੜੀ ਮਸ਼ੀਨਾਾਂ ਮੰਗ ਕੰਮ ਕਰਕੇ ਜਾਂ ਗਧੇ ਮੰਗ ਭਾਰ ਢੋਕੇ ਮੜ ਜਾਗੇ ਹੁਣ ਫਿਟਨੈਸ ਚੈਨਲ ਤੇ ਇਹ ਗੱਲ ਕਿਉਂ ਹੋ ਰਹੀ ਆ ਕਿਉਂਕਿ ਜੇ ਤੁਸੀਂ ਇਹ ਚੀਜ਼ ਨੂੰ ਸਮਝ ਗਏ ਨਾ ਚੇਤਨਾ ਨੂੰ ਤਾਂ ਤੁਸੀਂ ਹਰ ਇੱਕ ਚੀਜ਼ ਦੇ ਵਿੱਚ ਕਾਜਬ ਹੋ ਸਕਦੇ ਹੋ ਸਰੀਰ ਵੀ ਆਪਣਾ ਵਧੀਆ ਬਣਾ ਸਕਦੇ ਹੋ ਤੇ ਲੰਬੇ ਟਾਈਮ ਲਈ ਉਹਦੇ ਤੇ ਪੱਕੇ ਵੀ ਰਹਿ ਸਕਦੇ ਹੋ ਮਤਲਬ ਜ਼ਿੰਦਗੀ ਸੌਖੀ ਹੋ ਜੂ ਦੁੱਖ ਥੋੜੇ ਦਿਨਾਂ ਜਿ ਘਟ ਜਾਣਗੇ ਚੇਤਨਾ ਨੂੰ ਕਹਿੰਦੇ ਨੇ ਕਿ ਜਰ ਜੇ ਜਉਂਦੇ ਹੋ ਤਾਂ ਤੁਹਾਨੂੰ ਇਹ ਚੀਜ਼ ਦਾ ਪਤਾ ਕਿ ਤੁਸੀਂ ਕੀ ਕਰ ਰਹੇ ਹੋ ਕਦੇ ਤੁਸੀਂ ਧਿਆਨ ਦਿੱਤਾ ਤੁਹਾਨੂੰ ਚੇਤਨਾ ਹੈਗੀ ਆ ਜਾਂ ਫਿਰ ਉੱਠ ਖੜੇ ਉਹੀ ਗੇੜ ਚ ਪਏ ਹੋਏ ਆ ਸੌਂ ਗਏ ਉੱਠ ਖੜੇ ਕੰਮ ਕਰ ਲਿਆ ਚੇਤਨਾ ਦੀ ਕਿ ਐਗਜ਼ਾਮਪਲ ਮੈਂ ਤੁਹਾਨੂੰ ਦੰਨਾ ਜਿਵੇਂ ਮੰਨ ਲਓ ਹੁਣ ਆਪਾਂ ਬੈਠੇ ਆ ਟਾਈਮ ਪੀਸ ਦੀ ਟਿਕ ਟਿਕ ਦੀ ਬਾਅ ਚੱਲੀ ਜਾਂਦੀ ਹੁੰਦੀ ਆ ਕਿਸੇ ਨੂੰ ਨਹੀਂ ਸੁਣਦੀ ਪਰ ਕਈ ਵਾਰ ਇਦਾਂ ਦੀ ਸਿਚੁਏਸ਼ਨ ਆਉਂਦੀ ਆ ਬੰਦਾ ਕੱਲਾ ਬੈਠਾ ਹੁੰਦਾ ਉਦੋਂ ਬੰਦਾ ਇਹ ਚੀਜ਼ ਨੋਟ ਕਰਦਾ ਟਾਈਮ ਪੀਸ ਦੀ ਵੀ ਆਵਾਜ਼ ਟਿਕ ਟਿਕ ਕਰਦੀ ਆ ਮਤਲਬ ਇੰਨੇ ਜ਼ਿਆਦਾ ਤੁਸੀਂ ਚੇਤਨ ਹੁੰਨੇ ਹੋ ਚੇਤਨ ਅਵਸਥਾ ਚ ਹੁੰਨੇ ਹੋ ਐਟ ਦੀ ਟਾਈਮ ਹੁੰਨੇ ਹੋ ਉਹ ਸਿਚੁਏਸ਼ਨ ਚ ਤੁਹਾਨੂੰ ਉਹ ਵੀ ਬਾਅਦ ਸੁਣਦੀ ਆ ਸਭ ਕੌਨਸ਼ੀਅਸਨੈਸ ਤੇ ਆਪਾਂ ਬਹੁਤ ਗੱਲ ਕਰੀ ਆ ਪਰ ਇਹ ਦੋਨੇ ਚੀਜ਼ਾਂ ਪੈਰਲਲ ਚੱਲਦੀਆਂ ਨੇ ਜਿਹੜੀ ਕੌਨਸ਼ੀਅਸਨੈਸ ਸਾਡੇ ਤੁਹਾਡੇ ਚ ਉਹ ਨਹੀਂ ਹੈਗੀ ਤਾਂ ਸਬਕੌਨਸ਼ੀਅਸ ਮਾਈਂਡ ਦੀ ਤਾਂ ਗੱਲ ਬਹੁਤ ਦੂਰ ਹੋ ਜਾ ਕੇ ਆਪਾਂ ਕਰ ਸਕਦੇ ਆ ਪਹਿਲਾਂ ਆਪਾਂ ਮੜਾ ਜਾ ਸਮਝ ਲਈਏ ਕਿ ਚੇਤਨ ਤੇ ਅਵਚੇਤਨ ਮਨ ਕੀ ਹੁੰਦਾ ਜਿਵੇਂ ਚੇਤਨ ਮਨ ਤਾਂ ਮੈਂ ਤੁਹਾਨੂੰ ਆਲਰੇਡੀ ਦੱਸਤਾ ਕਿ ਜੋ ਤੁਸੀਂ ਕਰਦੇ ਹੋ ਕੀ ਤੁਹਾਡਾ ਉਹਦੇ ਤੇ ਧਿਆਨ ਹੈਗਾ ਕੀ ਤੁਸੀਂ ਆਪਣੀ ਕੱਲੀ ਕੱਲੀ ਗੱਲ ਸੈਲਫ ਅਵੇਅਰ ਹੈਗੇ ਹੋ ਕਿ ਅਸੀਂ ਕੀ ਅਬ ਚੇਤਨ ਮਨ ਜਣ ਕੀ ਸਬ ਕੌਂਸ਼ੀਅਸਨੈਸ ਹੁੰਦੀ ਆ ਕੀ ਮੰਨ ਲਓ ਕੀ ਬੈਕ ਆਫ ਦੀ ਮਾਈਂਡ ਕੀ ਜਿਹੜੀਆਂ ਚੀਜ਼ਾਂ ਤੁਸੀਂ ਸੁਣੀ ਜਾ ਰਹੇ ਹੋ ਉਹ ਪਿੱਛੇ ਦੀ ਪਿੱਛੇ ਇੱਕ ਸਬ ਕੌਂਸ਼ੀਅਸਨੈਸ ਥੋੜੀ ਬਿਲਡ ਅਪ ਹੋ ਜਾਂਦੀ ਆ ਜਿਵੇਂ ਇੱਕ ਥੋੜੀ ਰੂਟੀਨ ਤੁਸੀਂ ਕਹਿੰਦੇ ਹੋ ਰੂਟੀਨ ਬਣ ਗਈ ਹੁਣ ਪੱਕੀ ਆਦਤ ਬਣ ਗਈ ਉਹ ਤੁਸੀਂ ਕਰ ਨਹੀਂ ਕਰਨੀ ਆ ਜਿਵੇਂ ਸਵੇਰੇ ਤੁਸੀਂ ਰੋਜ਼ ਬਰਸ਼ ਕਰਦੇ ਹੋ ਉਹ ਤੁਸੀਂ ਪਹਿਲੀ ਜੇ ਥੋੜੀ ਆਦਤ ਆ ਤੁਸੀਂ ਆਪੇ ਚੱਲਦੇ ਚੱਲਦੇ ਤੁਸੀਂ ਆਪੇ ਵਾਸ਼ਰੂਮ ਦੇ ਵਿੱਚ ਚਲੇ ਜਾਗੇ ਬਰਸ਼ ਕਰਨਾ ਉਹ ਰੋਜ਼ ਦੀ ਆਦਤ ਆ ਜਾਂ ਜਿਹੜੀਆਂ ਗੱਲਾਂ ਤੁਸੀਂ ਸੁਣੀਆਂ ਹੋਈਆਂ ਨੇ ਥੋੜੀ ਆਦਤਾਂ ਪੱਕੀਆਂ ਬਣੀ ਹੋਈਆਂ ਨੇ ਕਿਸੇ ਤੋਂ ਕੋਈ ਸੁਣ ਲਈ ਉਹ ਪਿੱਛੇ ਤੁਹਾਡੇ ਬੈਕ ਆਫ ਦੀ ਬ੍ਰੇਨ ਬੈਕ ਆਫ ਦੀ ਬ੍ਰੇਨ ਛੋਟੇ ਹੁੰਦੇ ਨੇ ਆਤ ਪੈ ਗਈ ਤਾਂ ਥੋੜੀ ਆਤ ਬਣ ਜਾਂਦੀ ਆ ਉਹ ਚੀਜ਼ਾਂ ਤੁਹਾਨੂੰ ਪਤਾ ਵੀ ਨਹੀਂ ਲੱਗਦੀਆਂ ਜਿਵੇਂ ਕਿ ਗੱਡੀ ਚਲਾਈ ਜਾਂਦੇ ਨੇ ਉਹ ਪਿੱਛੇ ਆਤ ਬਣੀ ਹੁੰਦੀ ਆ ਸੋਚੀ ਕੁਝ ਹੋਰ ਜਾਂਦੇ ਨੇ ਗੱਡੀ ਚੱਲੀ ਜਾਂਦੀ ਆ ਉਹ ਕਾਫੀ ਚੀਜ਼ਾਂ ਸਬਕੌਂਸ਼ੀਅਸ ਮਾਈਂਡ ਤੁਹਾਡਾ ਕਰੀ ਜਾ ਰਹਿਆ ਹੁੰਦਾ ਪਿੱਛੇ ਪਰ ਮੇਨ ਗੱਲ ਚੇਤਨਾ ਦੀ ਆ ਪਹਿਲਾਂ ਇਹਨੂੰ ਆਪਾਂ ਹੁਣ ਸਮਝਦੇ ਆ ਕਿਉਂਕਿ ਇਹਦੇ ਨਾਲ ਆਪਾਂ ਆਪਣੀ ਹਰਕਤਾਂ ਚੇਂਜ ਕਰ ਸਕਦੇ ਆ ਇਹ ਐਡੀ ਕਿ ਤਕੜੀ ਚੀਜ਼ ਆ ਜੇ ਤੁਹਾਨੂੰ ਪਤਾ ਲੱਗ ਉਹ ਕਿਉਂ ਨਹੀਂ ਚਾਹੀ ਹੁੰਦੀ ਕਿਉਂਕਿ ਕਦੇ ਵੀ ਤੁਸੀਂ ਉਹਦੇ ਤੇ ਨਿਗਾ ਨਹੀਂ ਮਾਰੀ ਬਹਿ ਕੇ ਚੇਤਨਾ ਮਤਲਬ ਯਾਰ ਬੰਦਾ ਜਾਗਿਆ ਹੋਇਆ ਮੈਂ ਸ਼ੋਰ ਹਾਂ 95% ਬੰਦੇ ਮਰੇ ਹੋਏ ਸੁੱਤੇ ਪਈ ਕੰਮ ਕਰਦੇ ਨੇ ਉਹਨਾਂ ਨੂੰ ਇਹ ਨਹੀਂ ਸਮਝ ਲੱਗਦੀ ਕਿ ਜ਼ਿੰਦਗੀ ਕੀ ਆ ਤੇ ਜੇ ਗਲਤ ਆਦਤਾਂ ਨੇ ਤੇ ਉਹਨਾਂ ਦਾ ਕਿਵੇਂ ਛੁਟਕਾਰਾ ਪਾਈ ਇੱਕ ਵੀਰ ਮੈਨੂੰ ਕਹਿੰਦਾ ਸੀ ਕਹਿੰਦਾ ਵੀ ਮੈਂ ਹਾਂ ਸਵੇਰੇ ਉੱਠ ਕੇ ਭੱਜਣਾ ਜਾ ਕਰੂ ਉਹ ਕਹਿੰਦਾ ਆਦਤ ਨਹੀਂ ਬਣਦੀ ਕਹਿੰਦਾ ਵੀਰੇ ਆਦਤ ਜੀ ਵੀ ਕਰਦਾ ਕਹਿੰਦਾ ਪਰ ਇਹ ਕਾਲ ਯੁੱਗ ਆ ਕਹਿੰਦਾ ਚੇਜ ਕਰਨਾ ਬਹੁਤ ਔਖਾ ਇਹ ਕਾਲ ਯੁੱਗ ਨਹੀਂ ਹੈਗਾ ਹੋ ਸਕਦਾ ਤਾਂ ਠੀਕ ਆ ਚਲੋ ਯੁੱਗਾਂ ਦੇ ਹਿਸਾਬ ਨਾਲ ਆਪਾਂ ਗੱਲ ਕਰਦੇ ਹਾਂ ਪਰ ਹਰ ਇੱਕ ਬੰਦੇ ਲਈ ਅਲੱਗ-ਅਲੱਗ ਜੋਗ ਨੇ ਸਵੇਰੇ ਤੁਸੀਂ ਮੇਬੀ ਹੋ ਸਕਦਾ ਕਾਲਯੁਗ 'ਚ ਹੋਮੋ ਸ਼ਾਮ ਨੂੰ ਤੁਸੀਂ ਸਤਜੁਗ 'ਚ ਹੋਮੋ ਪਲ-ਪਲ ਬੰਦੇ ਦਾ ਸੁਭਾਅ ਚੇਂਜ ਹੁੰਦਾ ਰਹਦਾ ਤੁਸੀਂ ਆਪਣੇ ਹਿਸਾਬ ਨਾਲ ਆਪਣੀ ਜ਼ਿੰਦਗੀ ਡਿਸਾਈਡ ਕਰ ਸਕਦੇ ਹੋ ਕਿ ਕਿੰਨੇ ਤੁਸੀਂ ਦੁੱਖ ਪਾਉਣੇ ਨੇ ਕਿੰਨੇ ਤੁਸੀਂ ਸੁੱਖ ਪਾਉਣੇ ਨੇ ਤੁਹਾਡੀਆਂ ਹਰਕਤਾਂ ਤੁਹਾਡੀਆਂ ਆਦਤਾਂ ਤੋਂ ਪਰ ਉਹ ਚੇਤਨ ਰਹਿ ਕੇ ਚੀਜ਼ ਹੁੰਦੀ ਹੈ ਸੁੱਤੇ ਪਏ ਨੂੰ ਸੁੱਤੇ ਪਏ ਬੰਦਾ ਕੀ ਕਰਦਾ ਸੁੱਤਾ ਪਿਆ ਬੰਦਾ ਕਿਤਨਾ ਕਿਤੇ ਤੁਰੇ ਜਾਂਦਾ ਟੋਏ 'ਚ ਗਿਰੂਗਾ ਜੇ ਜਾਗੇ ਹੋਏ ਹੋ ਤੁਸੀਂ ਫੇਰ ਥੋੜਾ ਬਹੁਤ ਔਖਾ ਕੰਮ ਆ ਚੇਤਨਾ ਤੁਹਾਨੂੰ ਦਿੱਤੀ ਹੀ ਤਾਂ ਹੈ ਕੁੱਤਾ ਕਈ ਵਾਰ ਰੋਡ ਕ੍ਰੋਸ ਕਰਦਾ ਵਿੱਚ ਲੱਗਦਾ ਮਰਦਾ ਉਹਨੂੰ ਟੱਕਰ ਵੀ ਲੱਗੇ ਕਈ ਵਾਰ ਉਹਦਾ ਮੰਨ ਲਓ ਕਈ ਵਾਰ ਢੂਹੀ ਢਾਈ ਵੀ ਟੁੱਟ ਜਾਂਦੇ ਮੁੜ ਕੇ ਫੇਰ ਉਹੀ ਹਰਕਤਾਂ ਕਰਦਾ ਕਿਉਂਕਿ ਉਹਨਾਂ ਚੇਤ ਨਹੀਂ ਹੈਗਾ ਆਪਾਂ ਇਨਸਾਨ ਬਹੁਤ ਚੇਤਨਾ ਮੰਨ ਚਾਹੇ ਇਹਨੂੰ ਪਤਾ ਇਹਨੂੰ ਬਹੁਤ ਜ਼ਿਆਦਾ ਸਮਝ ਆ ਪਰ ਆਪਾਂ ਫਿਰ ਵੀ ਅਵਚੇਤਨ ਮੰਨ ਜਾਂ ਕੰਲਾ ਸਬਕੌਂਸ਼ੀਅਸ ਮਾਈਂਡ ਹੀ ਕੰਮ ਕਰਦਾ ਚੇਤ ਚੇਤਨਾ ਤਾਂ ਹੈ ਹੀ ਨਹੀਂਗੀ ਜਾਗ ਦੇ ਤਾਂ ਹੋਈ ਨਹੀਂਗੇ ਹੁਣ ਇਹ ਗੰਦੀ ਆਦਤਾਂ ਨੂੰ ਕਿਵੇਂ ਘਟਾਉਂਦਾ ਮੰਨ ਲਓ ਤੁਹਾਡੇ ਚ ਕੋਈ ਵੀ ਬੈਡ ਹੈਬਟ ਆ ਐਗਜ਼ਾਮਪਲ ਆਪਾਂ ਫਿਟਨੈਸ ਦੀ ਲੈ ਲੈਂਦੇ ਆ ਬਦੀਏ ਨਹੀਂ ਖਾਉਂਦਾ ਸਵੇਰੇ ਭੱਜਣ ਨਹੀਂ ਜਾਂਦੇ ਜਾਂ ਐਕਸਰਸਾਈਜ਼ ਨਹੀਂ ਕਰ ਹੁੰਦੀ ਜਿਮ ਨਹੀਂ ਜਾਂ ਹੁੰਦਾ ਇਹ ਮੁੱਦੇ ਨੂੰ ਤੁਸੀਂ ਇੱਕ ਦਿਨ ਬੈਠੋ ਲੈ ਕੇ ਬੈਠੋ ਇਹਦੇ ਬਲ ਝਾਕੋ ਤੁਹਾਡੀ ਗੰਦੀ ਆਦਤ ਉਦੋਂ ਹੀ ਖਤਮ ਹੋ ਜੂਗੀ ਜਦੋਂ ਤੁਸੀਂ ਉਹਦੇ ਬਲ ਦੇਖ ਲਿਆ ਬਹਿ ਕੇ ਬਸ ਪ੍ਰੋਬਲਮ ਇਹ ਹੈ ਕਿ ਆਪਾਂ ਦੇਖਦੇ ਨਹੀਂ ਹੈਗੇ ਜਿਵੇਂ ਸ਼ੇਮ ਸ਼ੰਕਰ ਜੀ ਦੀ ਐਗਜ਼ਾਮਪਲ ਦੰਨਾ ਕਹਿੰਦੇ ਸੀ ਉਹ ਜਿਹੜੀ ਵੀ ਚੀਜ਼ 'ਤੇ ਬਲ ਦੇਖਦੇ ਨੇ ਉਹ ਭਸਮ ਹੋ ਜਾਂਦੀ ਹੈ ਜਦੋਂ ਗੁੱਸੇ 'ਚ ਹੁੰਦੇ ਨੇ ਚੇਤਨਾ ਥੋੜੀ ਉਹੀ ਚੀਜ਼ ਆ ਜੇ ਤੁਸੀਂ ਪੂਰੀ ਚੇਤਨਾ ਨਾਲ ਆਪਣੀਆਂ ਗੰਦੀਆਂ ਹਰਕਤਾਂ ਜਾਂ ਗੰਦੀਆਂ ਆਦਤਾਂ 'ਤੇ ਬਲ ਦੇਖ ਲਿਆ ਅੰਦਰ ਉਹ ਜਦੀ ਬਦਲ ਜਾਣੀਆਂ ਆਪਾਂ ਦੇਖਦੇ ਨਹੀਂ ਆਪਾਂ ਇਗਨੋਰ ਕਰਦੇ ਆ ਆਪਾਂ ਛੱਡਦੇ ਆ ਆਪਣੇ ਆਪ ਤੇ ਜਾਂ ਫਿਰ ਆਪਾਂ ਭੱਜਦੇ ਨਾਟਕੀ ਇੰਨੇ ਆਪ ਨੂੰ ਪਤਾ ਨਹੀਂ ਲੱਗਦਾ ਵੀਰ ਕਦੇ ਇਹ ਚੀਜ਼ ਵੀ ਦੇਖਣੀ ਆ ਉਹਨੂੰ ਦੇਖ ਲਿਆ ਬਹਿਗੇ ਜਦੋਂ ਥੋੜੀ ਉਹਦੇ ਨਿਗਾਹ ਪੈ ਗਈ ਉਦੋਂ ਹੀ ਉਹ ਥੋੜੀ ਆਤ ਖਤਮ ਹੋਣ ਲੱਗ ਜਾਨੀ ਕਿਉਂਕਿ ਤੁਸੀਂ ਉਹ ਤੇ ਨਿਗਾਹ ਪਾ ਲਈ ਚੇਤਨ ਇਹਨੂੰ ਹੀ ਕਹਿੰਦੇ ਨੇ ਪੂਰਾ ਤੁਸੀਂ ਜਾ ਕੇ ਉਹਨੂੰ ਦੇਖ ਲਿਆ ਅੰਦਰ ਵੀ ਆ ਯਾਰ ਮੇਰੀ ਗਲਤ ਆਦਤ ਨੰਬਰ 2 ਤੇ ਉਹ ਗਲਤ ਆਦਤ ਦੇ ਜੜ ਤੱਕ ਜਾਣਾ ਜਿਹੜੀ ਵੀ ਗਾਤ ਪਈ ਆ ਲੈਟਸ ਸੇ ਕਿੰਨੇ ਬੰਦੇ ਸਿਗਰਟ ਪੀਂਦੇ ਨੇ ਕਿੰਨੇ ਬੰਦੇ ਅਲਕੋਹਲ ਪੀਂਦੇ ਨੇ ਹੁਣ ਜੜ ਉਹਨਾਂ ਨੂੰ ਪਤਾ ਨਹੀਂ ਵੀ ਕਿਉਂ ਪੀਂਦੇ ਆ ਹੁੰਦੇ ਉਹਨਾਂ ਕੋ ਬਹਾਨੇ ਨੇ ਕਿ ਫੰਕਸ਼ਨ ਫੰਕਸ਼ਨਲੀ ਨਹੀਂ ਜਿਆਦਾ ਪੀਂਦੇ ਜਿਆਦਾ ਬੰਦੇ ਤਣਾਅ ਚ ਆ ਕੇ ਪੀਂਦੇ ਨੇ ਜਦੋਂ ਕੋਈ ਮਾੜਾ ਜਿਹਾ ਵੀ ਸਟ੍ਰੈਸ ਹੁੰਦਾ ਉਹਨਾਂ ਤੇ ਸਟ੍ਰੈਸ ਨਾਲੇ ਬੰਦੇ ਸ਼ੂਗਰ ਖਾਣਦੇ ਨੇ ਸਟ੍ਰੈਸ ਨਾਲੇ ਬੰਦੇ ਇਦਾਂ ਦੀਆਂ ਚੀਜ਼ਾਂ ਕਰਦੇ ਨੇ ਮਤਲਬ ਉਹ ਚਿੰਤਾ ਉਹ ਤਣਾਅ ਨੂੰ ਉਹ ਹੈਂਡਲ ਨਹੀਂ ਕਰ ਪਾਉਂਦੇ ਫਿਰ ਉਹਨਾਂ ਨੂੰ ਆਇਲਾ ਦਾ ਸਿਗਰਟ ਪੀ ਲੈ ਚਲ ਦਿਮਾਗ ਆਏ ਜੀ ਹੋ ਜਾਊਗਾ ਇਹੇ ਪਿੱਛੇ ਜੜਾ ਇਹਨੂੰ ਦੇਖਦੇ ਨਹੀਂ ਹੈਗੇ ਚੇਤਨਾ ਹੈ ਹੀ ਨਹੀਂ ਅੱਜ ਤੱਕ ਪਤਾ ਹੀ ਨਹੀਂ ਕਿ ਜੇ ਪੀਣੇ ਦਾ ਪੀਣੇ ਕਿਉਂ ਆ ਜੇ ਗਲਤ ਫੂਡ ਖਾਣੇ ਤਾਂ ਖਾਣ ਪਹਿਲਾਂ ਆਪਾਂ ਕਰੀਵਿੰਗ ਆਪਾਂ ਸਰੀਰ ਪੱਖੋਂ ਗੱਲ ਕਰਦੇ ਸੀ ਨਾ ਸਾਰੀ ਕਿ ਯਾਰ ਢਿੱਡ ਦੇ ਬਿਟੀ ਦੀ ਇਦਾਂ ਦੇ ਮਾੜਦੇ ਨੇ ਬਲੱਡ ਸ਼ੂਗਰ ਥੋੜਾ ਅਪ ਡਾਊਨ ਹੁੰਦਾ ਪਰ ਹੁਣ ਮੈਂ ਗੱਲ ਹੋਰ ਡੀਪ ਅੰਦਰ ਕਰ ਚੱਲੇਗਾ ਤੁਹਾਡੇ ਥੋੜੇ ਬ੍ਰੇਨ ਦੇ ਵਿੱਚ ਵੜ ਗਿਆ ਮੈਂ ਕਿ ਉਹਦੇ ਲੈਵਲ ਤੇ ਇਹ ਚੀਜ਼ਾਂ ਕਿਵੇਂ ਠੀਕ ਕਰਨੀਆਂ ਨੇ ਕਿਸੇ ਨੇ ਭਾਰਾ ਕਹਤਾ ਮੋਟਾ ਕਹਤਾ ਉਹਦੇ ਤਣਾਅ ਚ ਯਾਰ ਕਹੀ ਜਾਂਦੇ ਹੁਣ ਤਾਂ ਹੋਰ ਖਾਵਾਂਗੇ ਉਹ ਤਣਾਅ ਸਾਰਾ ਫ੍ਰਸਟ੍ਰੇਸ਼ਨ ਆ ਤੁਹਾਡੇ ਅੰਦਰ ਉਹਦਾ ਹੱਲ ਪੱਕਾ ਕੀ ਆ ਉਹਨੂੰ ਚੀਜ਼ ਨੂੰ ਬਾਰ ਬਾਰ ਕਰਕੇ ਨਹੀਂ ਆਪਣੇ ਆਪ ਨੂੰ ਚੇਂਜ ਕਰਕੇ ਤਾਂ ਹੀ ਮੈਂ ਕਹਿੰਦਾ ਨਾ ਸਕਸੈਸ ਕਾਮਯਾਬੀ ਹਰ ਇੱਕ ਚੀਜ਼ ਐਵੇਂ ਪਰ ਜਾਗੇ ਹੋਏ ਬੰਦੇ ਨੂੰ ਮਿਲਣੀ ਆ ਸੁੱਤੇ ਪਏ ਬੰਦੇ ਨੂੰ ਨਹੀਂ ਸੁੱਤੇ ਪਏ ਮਤਲਬ ਉਦਾਂ ਹੀ ਚੱਲੂਗਾ ਹੁਣ ਚੇਤਨਾ ਮਾੜਾ ਕੰਮ ਵੀ ਕਰਾਉਂਦੀ ਆ ਚੰਗੀ ਵੀ ਕਰਾਉਂਦੀ ਆ ਕਈ ਬੰਦੇ ਜਿੰਮ ਜਾਂਦੇ ਨੇ ਵਧੀਆ ਫਲ ਫਰੂਟ ਖਾਂਦੇ ਨੇ ਸਬਜ਼ੀਆਂ ਖਾਂਦੇ ਨੇ ਉਹ ਜਾਗੇ ਹੋਏ ਨੇ ਆਪਣੀ ਹੈਲਥ ਨੂੰ ਲੈ ਕੇ ਉਹਨਾਂ ਨੇ ਆਪਣਾ ਸਰੀਰ ਵਧੀਆ ਚੀਜ਼ ਤੇ ਲਾਇਆ ਇਥੇ ਗੋਰੇ 60 60 ਸਾਲ ਦੇ 70 70 ਦੇ ਰਨਿੰਗ ਕਰਦੇ ਨੇ ਉਹ ਇਸ ਚੀਜ਼ ਨੂੰ ਜਾਗੇ ਨੇ ਉਹਨਾਂ ਨੂੰ ਪਤਾ ਉਹਨਾਂ ਨੇ ਆਪਣਾ ਮਨ ਉਦਾਂ ਦਾ ਬਣਾਇਆ ਹੈ ਉਹਨਾਂ ਦਾ ਮਨ ਗੱਲ ਮੰਨਦਾ ਫਿਰ ਪਿੱਛੇ ਜਦੋਂ ਐਨੇ ਜ਼ਿਆਦਾ ਬੰਦਾ ਚੇਤਨਾ ਵਾਸਤੇ ਨਹੀਂ ਆਉਂਦਾ ਫਿਰ ਜਿਹੜਾ ਸਬਕੌਂਸ਼ੀਅਸ ਮਾਈਂਡ ਆ ਪਿਛਲਾ ਅਵਚੇਤਨਮਾਨਾ ਉਹ ਵੀ ਉਹਨੂੰ ਫਾਲੋ ਕਰਦਾ ਕਿਉਂਕਿ ਉਹਨੇ ਉਹੀ ਚੀਜ਼ਾਂ ਫਾਲੋ ਕਰਨੀਆਂ ਜਿਹੜੀਆਂ ਤੁਸੀਂ ਦੇਖਦੇ ਹੋ ਤੇ ਮੈਂ ਆਪਣੇ ਹੁਣ ਬ੍ਰੇਨ ਦੇ ਕੰਟਰੋਲ ਜਾ ਕੇ ਮੰਨ ਲਓ ਰੀਲਜ਼ ਹੀ ਦੇਖੀ ਜਾਣੀਆਂ ਨੇ ਕੁਝ ਵੀ ਦੇਖੀ ਜਾਣਾ ਤਾਂ ਮੇਰੀ ਚੇਤਨਾਮਾ ਸੁੱਤਾ ਪਿਆ ਇਹ ਚੀਜ਼ਾਂ ਕਰਦਾ ਪਰ ਜਿਹੜਾ ਪਿੱਛੇ ਅਵਚੇਤਨਮਾਨਾ ਉਹ ਜਿਹੜਾ ਸਬਕੌਂਸ਼ੀਅਸ ਮਾਈਂਡ ਆ ਉਹਨੂੰ ਆਤ ਪੈ ਜਾਂਦੀ ਆ ਉਹ ਫਿਰ ਤੁਹਾਨੂੰ ਪਤਾ ਹੀ ਲੱਗਦਾ ਤੁਹਾਨੂੰ ਦੋ ਦੋ ਘੰਟੇ ਬੰਦਿਆਂ ਹੀ ਦੇਖੀ ਜਾਂਦੇ ਨੇ ਇਹਨਾਂ ਤੁਹਾਨੂੰ ਪਤਾ ਕਿਉਂ ਹੋਵੇ ਤੁਸੀਂ ਸੁੱਤੇ ਪਏ ਹੋ ਤੁਹਾਨੂੰ ਪਤਾ ਨਹੀਂ ਉਹਦਾ ਨੁਕਸਾਨ ਕੀ ਆ ਜਦੋਂ ਹੀ ਤੁਸੀਂ ਜਾਗ ਗਏ ਤੁਹ ਫਿਰ ਤੁਸੀਂ ਧਿਆਨ ਭੜਕਾਉਣ ਵਾਲੀਆਂ ਚੀਜ਼ਾਂ ਤੋਂ ਬਚੇਂਗੇ ਉਹ ਟਾਈਮ ਪੀਸ ਦਾ ਟਿਕ ਟਿਕ ਤੁਸੀਂ ਸੁਣਨੀ ਆ ਤੁਸੀਂ ਸੁਣ ਸਕਦੇ ਹੋ ਧਿਆਨ ਦੇ ਕੇ ਸੁਣੂਗੀ ਨਹੀਂ ਸੁਣਨੀ ਰਹਿੰਦੇ ਹੋ ਨਹੀਂ ਸੁਣਨੀ ਉਹੀ ਚੀਜ਼ ਆ ਧਿਆਨ ਦੇਣਾ ਨਹੀਂ ਦੇਣਾ ਟਾਈਮ ਪੀਸ ਦੀ ਟਿਕ ਟਿਕ ਸੁਣਨ ਦੇ ਬਰਾਬਰ ਆ ਸੁਣ ਵੀ ਸਕਦੇ ਹੋ ਨਹੀਂ ਵੀ ਸੁਣ ਸਕਦੇ ਨਹੀਂ ਸੁਣ ਸਕਦੇ ਦਾ ਮਤਲਬ ਚੱਲ ਰਿਹਾ ਟਾਈਮ ਪੀਸ ਮਾੜੀਆਂ ਚੀਜ਼ਾਂ ਚੱਲ ਰਹੀਆਂ ਨੇ ਪਰ ਟਿਕ ਟਿਕ ਤੁਹਾਨੂੰ ਸੁਣਦੀ ਨਹੀਂ ਸਮਾਂ ਵਧੀਆ ਵੀ ਚੱਲਦਾ ਮਾੜਾ ਵੀ ਚੱਲਦਾ ਪਰ ਸੁਣਦੇ ਨਹੀਂ ਹੈਗੇ ਦੇਖਦੇ ਨਹੀਂ ਹੈਗੇ ਚੇਤ ਨਹੀਂ ਹੈਗੇ ਜਾਗਦੇ ਨਹੀਂ ਹੋਏ ਅਵੇਰਨੈਸ ਨਹੀਂ ਸੁੱਤੇ ਪਏ ਪਈ ਬਸ ਜ਼ਿੰਦਗੀ ਜੀ ਕੇ ਮਰ ਜੰਨੇ ਆ ਹੁਣ ਹੋਰ ਵੀ ਚੀਜ਼ਾਂ ਜਦੋਂ ਇਹ ਮਨ ਬੜਾ ਜਿਆਦਾ ਬੌਂਦਰਦਾ ਕਿੰਨੇ ਲੋਕਾਂ ਨੇ ਇਹਦੀਆਂ ਕਾਡਾਂ ਵੀ ਗੱਡੀ ਹੋਈਆਂ ਨੇ ਕਿ ਨੂੰ ਹੋਰ ਪਾਸੇ ਲਾ ਲੋ ਜੀ ਕੋਈ ਵਧੀਆ ਹੱਥ ਪਾ ਲੋ ਮੈਡੀਟੇਸ਼ਨ ਕਰ ਲੋ ਜਿਵੇਂ ਸਾਹ ਆਪਾਂ ਜਿਵੇਂ ਆਪਾਂ ਕਹਿੰਦੇ ਸਾਹ ਅੰਦਰ ਲੈ ਲਿਆ ਛੱਡ ਲਿਆ ਤੇ ਧਿਆਨ ਦੇ ਲੋ ਉਹ ਚੀਜ਼ਾਂ ਨਾਲ ਥੋੜੀ ਜਿਹੜੀ ਇਹ ਚੇਤਨ ਹੋਣ ਥੋੜਾ ਕਿਉਂਕਿ ਚੇਤਨਾ ਕੀ ਆ ਬ੍ਰੇਨ ਦਾ ਸਰੀਰ ਨਾਲ ਇੱਕ ਦੂਜੇ ਨਾਲ ਕਨੈਕਟਡ ਹੋਣਾ ਥਾਟ ਥਾਟਾਂ ਦੇ ਵਿੱਚ ਘਟਣਾ ਥੌਟ ਤੁਹਾਨੂੰ ਬਹੁਤ ਆਉਂਦੇ ਨੇ ਦਿਮਾਗ 'ਚ ਚੀਜ਼ਾਂ ਪਰ ਜਦੋਂ ਸਾਹ ਤੁਸੀਂ ਸਾਹ ਤੇ ਧਿਆਨ ਦਿੰਦੇ ਹੋ ਤਾਂ ਥੌਟ ਘਟਦੇ ਨੇ ਤਾਂ ਤੁਹਾਡਾ ਜਿਹੜਾ ਬ੍ਰੇਨ ਦੀ ਆਕਸੀਜਨ ਜਾਂਦੀ ਆ ਪਾਵਰ ਵੱਧਦੀ ਆ ਫਿਰ ਉਹ ਜ਼ਿਆਦਾ ਗੱਲ ਮੰਦਾ ਫਿਰ ਤੁਸੀਂ ਉਹਨੂੰ ਵਧੀਆ ਚੀਜ਼ਾਂ ਨਾਲ ਲਾ ਸਕਦੇ ਹੋ ਮੈਡੀਟੇਸ਼ਨ ਕਰਕੇ ਬਾਹਰ ਨੇਚਰ ਦੇਖ ਕੇ ਫੋਨ ਦੀ ਘੱਟ ਵਰਤੋਂ ਕਰਕੇ ਖਬਰਾਂ ਘੱਟ ਦੇਖ ਕੇ 네ਗਟਿਵਿਟੀ ਘੱਟ ਦੇਖ ਕੇ ਚੰਗੇ ਲੋਕਾਂ ਨਾਲ ਰਹਿ ਕੇ ਮਾੜੇ 네ਗਟਿਵ ਲੋਕਾਂ ਤੋਂ ਛੁਟਕਾਰਾ ਕਰਕੇ ਤੁਸੀਂ ਹੋਰ ਇਹਨੂੰ ਛੇਤੀ ਅਚੀਵ ਕਰ ਸਕਦੇ ਹੋ ਕਿਉਂਕਿ ਜੇ ਮੈਂ ਚੇਤਨ ਹੋਣਾ ਚਾਹੂੰਗਾ ਤਾਂ ਮੈਂ 10 ਵੀ ਇਦਾਂ ਦੇ ਲੋਕਾਂ ਨਾਲ ਨਹੀਂ ਹੋ ਪਾਉਂਗਾ ਜਿਹੜੇ ਸੁੱਤੇ ਹੀ ਪਏ ਨੇ ਉਹਨਾਂ ਨੇ ਮੈਨੂੰ ਵੀ ਉਦਾਂ ਦੀ ਕਰ ਲੈਣਾ ਮੈਂ ਜਾਗੇ ਹੋਏ ਬੰਦਿਆਂ ਦੇ ਵਿੱਚ ਰਹੂੰਗਾ ਵਧੀਆ ਬੰਦੇ ਫੋਲੋ ਕਰੂੰਗਾ ਤਾਂ ਮੈਂ ਜਾਗੂੰਗਾ ਨੈਗੇਟਿਵ ਬੰਦਿਆਂ ਦੇ ਵਿੱਚ ਰਹੂੰਗਾ ਤਾਂ ਉਹ ਹੀ ਹੋ ਜਾਊਗਾ ਕਿਉਂਕਿ ਮੈਂ ਕਦਾਂ ਮੈਂ ਪਹਿਲੀ ਫਸਿਆ ਹੋਇਆ ਹਾਂ ਕਿਦਾਂ ਮੈਂ ਪਹਿਲੀ ਸਟਰਗਲ ਕਰ ਰਿਹਾ ਆਪਣੀ ਆਤਮਾ ਸੁਧਾਰਨ ਉੱਤੇ ਜੀ ਬੰਦੇ ਮੇਰੇ ਕੋਲ ਇਹ ਜੇ ਨੇ ਠੀਕ ਆ ਸੋ ਮੈਡੀਟੇਸ਼ਨ ਐਕਸਰਸਾਈਜ਼ ਵਧੀਆ ਖਾਣਾ ਪੀਣਾ ਕਿਉਂਕਿ ਸਾਰਾ ਸਰੀਰ ਵੀ ਲੇਟ ਕਰਦਾ ਨਾ ਹੁਣ ਇੱਥੇ ਗੰਦ ਪਿਆ ਤਾਂ ਸੋ ਤੁਸੀਂ ਕਿਤੇ ਹੋਰ ਧਿਆਨ ਗਿਆ ਤੁਹਾਨੂੰ ਟਿਕ ਟਿਕ ਸੁਣਨ ਤੋਂ ਬੰਦ ਹੋ ਜੂ ਘੜੀ ਦੀ ਥੋੜੀ ਤੁਹਾਨੂੰ ਪੂਰੀ ਸੁਣਨੀ ਪੈਣੀ ਆ ਈਵਨ ਜੇ ਤੁਹਾਡੇ ਤੁਸੀਂ ਛੱਟ ਵੀ ਲੱਗੀ ਹੋਵੇ ਤੁਹਾਡਾ ਛੱਟ ਦੀ ਧਿਆਨ ਚਲੇ ਜਾਣਾ ਤਾਂ ਕਰਕੇ ਹਰ ਇੱਕ ਚੀਜ਼ ਨੂੰ ਬਹੁਤ ਧਿਆਨ ਨਾਲ ਕੁਝ ਲਿਖਣ ਲਾਜੋ ਨੋਟਸ ਚ ਪਾ ਲਓ ਇਹ ਮੈਂ ਅੱਗੇ ਵੀ ਕਿਹਾ ਸੀ ਹਰ ਹਰ ਰੋਜ਼ ਜਾਗ ਦਲਾਓ ਆਪਣੇ ਆਪ ਨੂੰ ਹਰ ਰੋਜ਼ ਮੈਡੀਟੇਸ਼ਨ ਕਰੋ ਗਰਵਾਣੇ ਵੀ ਪੜੋ ਆਪਣੇ ਆਪ ਨੂੰ ਜਾਗਦਤ ਪਾਉਂਦੇ ਰਹੋ ਕਿ ਯਾਰ ਮੈਂ ਜਾਗਣਾ ਮੈਂ ਆਪਣੀ ਚੇਤਨ ਅਵਸਥਾ ਪਤਾ ਤਾਂ ਲੱਗੇ ਜੇ ਮੈਂ ਜ਼ਿੰਦਗੀ ਜਾਇਆ ਤਾਂ ਮੈਂ ਕਿਉਂ ਆਇਆ ਤਾਂ ਕੀ ਕਰਦਾ ਫਿਰਦਾ ਮੈਂ ਤੇ ਜੇ ਮੇਰੇ ਲਈ ਗਲਤ ਆ ਤਾਂ ਮੈਂ ਚੇਂਜ ਤਾਂ ਕਰਾਂ ਕਈ ਤਾਂ ਜਮ ਹੀ ਨਹੀਂ ਸੋਚਦੇ ਜਿਹੜੇ ਚਲੋ ਗਰਮਾਣੀ ਸੁਣਦੇ ਵੀ ਨਹੀਂ ਉਹਨਾਂ ਨੂੰ ਇਹ ਚੀਜ਼ ਦਾ ਪਤਾ ਵੀ ਆ ਯਾਰ ਕਈ ਵੀ ਮੈਂ ਕੁਝ ਗਲਤ ਕਰਦਾ ਤੇ ਮੈਂ ਸਹੀ ਕਰਨਾ ਕਈਆਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਮੈਂ ਕੁਝ ਗਲਤ ਕਰਦਾ ਕਈ ਸੋਚ ਲੈਂਦੇ ਨੇ ਹਾਂ ਮੇਰੀ ਇਹ ਚੀਜ਼ ਗਲਤ ਮੈਂ ਚੇਂਜ ਕਰਨੀ ਤਾਂ ਨਹੀਂ ਕਰ ਪਾਉਂਦੇ ਕਿਉਂਕਿ ਉਹ ਡੀਪ ਅੰਡਰਸਟੈਂਡ ਨਹੀਂ ਇਹ ਚੀਜ਼ ਨੂੰ ਕਰਦੇ ਕਿ ਹੁਣ ਤੁਹਾਡੀ ਆਤਮਣੀਆ ਤੁਹਾਨੂੰ ਕਿਵੇਂ ਚੇਂਜ ਕਰਨੀ ਪੈਣੀ ਆ ਉਹ ਤੇ ਨਿਗਾਹ ਮਾਰ ਕੇ ਜਿਵੇਂ ਮੈਂ ਪਹਿਲਾਂ ਹੀ ਕਿਹਾ ਸੀ ਹੁਣ ਇਹ ਬੇਨਫਸ ਦੇ ਵਿੱਚ ਵੀ ਤੁਹਾਨੂੰ ਥੋੜਾ ਜਿਹੜਾ ਲਾਈਫ ਸਟਾਈਲ ਤੁਹਾਡਾ ਜਿਹੜਾ ਰਿਲੇਸ਼ਨਸ਼ਿਪ ਆ ਹਰ ਇੱਕ ਚੀਜ਼ ਦੇ ਵਿੱਚ ਦੂਜੇ ਦੀ ਭਾਵਨਾ ਨੂੰ ਸਮਝਣਾ ਵੀ ਹਰ ਇੱਕ ਚੀਜ਼ ਦੇ ਵਿੱਚ ਜਿਹੜੀ ਚੇਤਨ ਅਵਸਥਾ ਤੁਹਾਨੂੰ ਫਾਇਦਾ ਦਿੰਦੀ ਆ ਫਿਰ ਕਿਉਂ ਨਹੀਂ ਹੁੰਦੇ ਕਿਉਂ ਨਹੀਂ ਜਾਗਦੇ ਇਹ ਤਾਂ ਹੁਣ ਸਿੰਪਲ ਗੱਲ ਆ ਤੁਸੀਂ ਕਿਸੇ ਨਾਲ ਗੱਡੀ 'ਚ ਬਹਿ ਕੇ ਜਾਂਦੇ ਹੋ ਤੁਸੀਂ ਜਾਗੇ ਹੋਏ ਪ੍ਰੋਪਰ ਬੰਦੇ ਨਾਲ ਬਹਿ ਕੇ ਜਾਏਂਗੇ ਜਾਂ ਸੁੱਤੇ ਪੈਣੇ ਬਹਿ ਕੇ ਜਾਏਂਗੇ ਜਾਗੇ ਹੋਏ ਨਾਲੇ ਬਹਿ ਕੇ ਜਾਵਾਂਗੇ ਕਿ ਯਾਰ ਇਹ ਬੰਦਾ ਪੂਰਾ ਅਲਰਟ ਆ ਕਿ ਨੂੰ ਗੱਡੀ ਚਲਾਉਣੀ ਆਉਂਦੀ ਆ ਐਦਾਂ ਹੀ ਤੁਹਾਡੀ ਜ਼ਿੰਦਗੀ ਦੀ ਗੱਡੀ ਜੇ ਤੁਸੀਂ ਜਾਗੇ ਹੋਏ ਹੋ ਫਿਰ ਤੁਸੀਂ ਟੋਏ 'ਚ ਨਹੀਂ ਗਿਰਾਂਗੇ ਆਪਾਂ ਸਿੰਪਲ ਫੰਡ ਆ ਯਾਰ ਜਾਗੇ ਹੋਏ ਬੰਦੇ ਸਭ ਕੁਝ ਕਰ ਸਕਦਾ ਨਾ ਦੋ ਜਵਾਕਾਂ ਨੂੰ ਆਪਾਂ ਆਪਸ ਵਿੱਚ ਕਿਉਂ ਨਹੀਂ ਛੱਡਦੇ ਕਿਉਂਕਿ ਜਵਾਕ ਉਹਨੇ ਲੈਵਲ ਤੇ ਚੇਤਨ ਅਵਸਥਾ ਚ ਨਹੀਂ ਹੁੰਦਾ ਉਹ ਸੱਟ ਖਾ ਸਕਦਾ ਆਪਾਂ ਦਾ ਧਿਆਨ ਰੱਖਦੇ ਆਂ ਉਦੋਂ ਬਾਅਦ ਜਿੰਦਾਂ ਜਿੰਨੂੰ ਬड़ा ਹੁੰਦਾ ਆਪਾਂ ਨੂੰ ਇਕੱਲੇ ਨਹੀਂ ਭੇਜਦੇ ਨੇ ਵੀ ਲੈ ਜਾ ਗੱਡੀ ਜਾਇਆ ਸਮਝ ਗਏ ਤੁਸੀਂ ਫਰਕ ਪਰ ਆਪਣਾ ਕੀ ਹਾਲ ਆ ਜਿਵੇਂ ਮੈਂ ਕਿਹਾ 95% ਲੋਕ ਸੁੱਤੇ ਪਏ ਹੀ ਚੱਲ ਰਹੇ ਨੇ ਉਹਨਾਂ ਨੂੰ ਆਪਣੇ ਆਪ ਦਾ ਪਤਾ ਹੀ ਨਹੀਂ ਉਹਦੇ ਹੀ ਬਸ ਜ਼ੁਬਾਨ ਹੋ ਗਿਆ ਆਪਾਂ ਆਪਣਾ ਕੰਮ ਹਲੇ ਵੀ ਜਵਾਕਾਂ ਲਈ ਆ ਤਾਂ ਹੀ ਜ਼ਿਆਦਾ ਜਿਹੜੇ ਹਾਈ ਲੈਵਲ ਤੇ ਫਰਲਾਸ ਫਰਨੇ ਜਾਂ ਧਾਰਮਿਕ ਬੰਦੇ ਨੇ ਉਹ ਆਪਣੇ ਵਰਗੇ ਸਾਰੇ ਬੰਦੇ ਜਿਹੜਾ ਸੰਤ ਨੇ ਉਹ ਆਪਣੇ ਵਰਗੇ ਬੰਦੇ ਨੂੰ ਆਮ ਇਹ ਚੀਜ਼ ਕਹਿ ਦਿੰਦੇ ਨੇ ਕਿ ਇਹ ਸੋਤੇ ਪਏ ਨੇ ਕਿ ਇਹ ਦੁੱਖ ਸੁੱਖ ਚ ਫਸੇ ਹੋਏ ਨੇ ਇਹ ਜ਼ਿੰਦਗੀ ਜੀ ਆਲਦੇ ਹੋਏ ਨੇ ਇਹਨਾਂ ਨੂੰ ਅਸਲੀ ਮਤਲਬ ਪਤਾ ਹੀ ਨਹੀਂ ਕਿਉਂਕਿ ਜੇ ਅੰਦਰ ਦੀ ਬਾਤ ਸੁਣਨ ਲੱਗੇ ਤਾਂ ਹੋਰ ਬਹੁਤ ਚੀਜ਼ਾਂ ਨਿਕਲ ਕੇ ਆਉਂਦੀਆਂ ਨੇ ਨਾਲ ਤਾਂ ਜ਼ਿੰਦਗੀ ਜਿਉਣ ਦਾ ਸੁਆਦ ਆ ਜਾਂਦਾ ਨਾਲੇ ਦੂਜੇ ਨੂੰ ਤੰਗ ਨਹੀਂ ਕਰਦੇ ਹੈਗੇ ਪਰਿਵਾਰ ਦੇ ਵਿੱਚ ਪਿਆਰ ਥੋੜਾ ਪੈਂਦਾ ਕਿਉਂਕਿ ਤੁਸੀਂ ਦੂਜੇ ਨੂੰ ਵੀ ਸਮਝਦੇ ਹੋ ਫਿਰ ਦਿਮਾਗ ਵੀ ਤੁਹਾਡਾ ਵਧੀਆ ਕੰਮ ਕਰ ਲਾ ਜਾਂਦਾ ਆਪਣੇ ਕੰਮਾਂ ਕਾਰਾਂ ਜੇ ਵੀ ਵਧੀਆ ਪਰਫੈਕਟ ਸੋਚ ਪਾਉਨੇ ਹੋ ਕਿਉਂਕਿ ਸ਼ਾਂਤ ਮਨ ਦਾ ਹੀ ਸਭ ਕੁਝ ਸਹੀ ਸੋਚ ਪਾਉਂਦਾ ਜਿੰਨੀਆਂ ਦਿਮਾਗ ਤੇ ਚੀਜ਼ਾਂ ਨੇ ਜਿੰਨਾ ਦਿਮਾਗ ਭਰਿਆ ਹੈ ਜਿੰਨਾ ਬੋ ਚੱਕੀ ਫਿਰਦੇ ਹੋ ਨਾਲ ਤੁਸੀਂ ਉਹਨਾਂ ਤੁਸੀਂ ਵਧੀਆ ਡਿਸੀਜਨ ਨਹੀਂ ਲੈ ਸਕਦੇ ਕਿਉਂ ਹੁਣ ਲੋਕ ਬਹੁਤ ਸਾਰੇ ਕਹਿੰਦੇ ਨੇ ਕਿ ਅਸੀਂ ਯਾਰ ਅ ਜਦੋਂ ਲੱਗਿਆ ਸੀਗਾ ਬੰਦ ਜਾ ਰਿਹਾ ਸੀ ਸਾਰਾ ਕੁਝ ਵਿੱਚ ਵੀ ਅਸੀਂ ਬਹੁਤ ਸਾਡੀ ਜ਼ਿੰਦਗੀ ਬਦਲ ਗਈ ਕਿਉਂਕਿ ਠਹਿਰਾਅ ਮਿਲ ਗਿਆ ਸੀ ਲੋਕਾਂ ਨੂੰ ਜ਼ਿੰਦਗੀ ਦੀ ਭੱਜ ਦੜ ਤੋਂ ਸੋਚਣ ਦਾ ਟਾਈਮ ਮਿਲ ਗਿਆ ਹੁਣ ਮੈਂ ਤੁਹਾਨੂੰ ਇਹ ਨਹੀਂ ਕਹਣਾ ਕੰਮ ਕਰ ਛੱਡ ਦੋ 10 20 ਮਿੰਟ ਤਾਂ ਦੇ ਹੀ ਸਕਦੇ ਹੋ ਨਾ 10 20 ਮਿੰਟ ਤਾਂ ਦਿਨ ਚ ਬੈ ਕੇ ਦੇਖ ਚੇਤਨਾ ਨੂੰ ਦੇਖ ਲੋ ਅੰਦਰ ਦੇਖ ਲੋ ਕਿ ਕੀ ਕਰਦਾ ਮੈਂ ਤੇ ਹਾਂ ਜੇ ਕੁਝ ਚੇਂਜ ਕਰਨਾ ਚਾਹਣਾ ਤਾਂ ਕਿਉਂ ਨਹੀਂ ਹੁੰਦਾ ਕਿਉਂਕਿ ਨਿਗਾਹ ਹੀ ਨਹੀਂ ਮਾਰਦੇ ਉਹਦੇ ਤੇ ਠੀਕ ਆ ਸੋ ਇਹੀ ਸੀ ਵੀਡੀਓ ਇਹਨੂੰ ਟੌਪ ਤੱਕ ਨੂੰ ਜਿੰਨਾ ਮਰਜੀ ਲੰਬਾ ਲੈ ਜੀ ਪਰ ਮੈਂ ਮੇਨ ਚੀਜ਼ ਤੁਹਾਨੂੰ ਸਮਝਾਤੀ ਇਹਦੀ ਕਿ ਜਾਗ ਜਾਓ ਜੇ ਜ਼ਿੰਦਗੀ ਸੌਖੀ ਬਣਾਉਣੀ ਆ ਹੁਣ ਆਪਾਂ ਮਿਲਦੇ ਆ ਨੈਕਸਟ ਵੀਡੀਓ ਚ ਦਿਸ ਇਜ਼ ਹੈਰੀ ਮੇਰ ਕਰੇ ਲਵ ਯੂ